ਹੈਲੋ ਦੋਸਤੋ ਡਿਜੀਟਲ ਕਲਾਸਰੂਮ ਦੇ ਵਿੱਚ ਤੁਹਾਡਾ ਸਵਾਗਤ ਹੈ। ਇਸ ਵੀਡੀਓ ਦੇ ਵਿੱਚ ਆਪਾਂ ਡਿਸਕਸ ਕਰਨ ਵਾਲੇ ਆਂ ਪੀਪੀਐਸਸੀ ਦਾ ਸੀਨੀਅਰ ਅਸਿਸਟੈਂਟ ਦਾ ਇਗਜ਼ਾਮ ਜੋ ਕਿ 2014 ਦੇ ਵਿੱਚ ਕੰਡਕਟ ਕਰਵਾਇਆ ਗਿਆ ਸੀਗਾ। ਤਾ ਇਸ ਦੇ ਵਿੱਚ ਮੈਂ ਪਾਰਟ 1 ਕਵਰ ਕਰਨ ਵਾਲਾ ਤੇ ਜੇਕਰ ਤੁਸੀਂ ਇਹਦੇ ਬਾਕੀ ਸਾਰੇ ਪਾਰਟ ਵੇਖਣਾ ਚਾਹੋ ਨਿਓ ਤਾਂ ਉਹ ਸਾਰੇ ਤੁਹਾਨੂੰ WhatsApp ਗਰੁੱਪ ਦੇ ਵਿੱਚ ਮਿਲਣਗੇ ਜਿਹਦਾ ਲਿੰਕ ਮੈਂ ਨੇ ਡਿਸਕ੍ਰਿਪਸ਼ਨ ਪਲੱਸ ਕਮੈਂਟ ਬਾਕਸ ਦੇ ਵਿੱਚ ਦਿੱਤਾ ਹੋਇਆ ਤਾਂ ਤੁਸੀਂ ਜਾਣਾ ਤੇ ਉਸ ਗਰੁੱਪ ਨੂੰ ਜੁਆਇਨ ਕਰਨਾ ਜਿੱਨੇ ਵੀ ਬਾਕੀ ਸਾਰੇ ਲੈਸਨਸ ਹੋਣਗੇ ਇਸ ਸੀਰੀਜ਼ ਦੇ ਉਹ ਸਾਰੇ ਦੇ ਸਾਰੇ ਤੁਹਾਨੂੰ ਉਸੇ WhatsApp ਗਰੁੱਪ 'ਚ ਹੀ ਮਿਲਣਗੇ ਤਾਂ ਇਹ ਲੈਸਨ ਇਹ ਕੋਰਸ ਮੈਂ ਤੁਹਾਡੇ ਲਈ ਲੈ ਕੇ ਆਇਆ ਮੇਰਾ ਨਾਮ ਹੈ ਮਨਦੀਪ ਕਰਗਾ ਤਾਂ ਆਪਾਂ ਤੁਹਾਡੇ ਸਾਹਮਣੇ ਪਹਿਲਾ ਜੋ ਕੁਸ਼ਨ ਹੈ ਇਸ ਲੈਸਨ ਦਾ ਉਹ ਰੱਖਦੇ ਆਂ ਤਾਂ ਪਹਿਲਾ ਕੁਸ਼ਨ ਹੈ ਮੈਨ ਪੁਸ਼ਸ ਅ ਵਾਲ ਐਂਡ ਫੀਲਸ ਟੂ ਡਿਸਪਲੇਸ ਇਟ ਤਾਂ ਇੱਕ ਪਰਸਨ ਹੈ ਜੋ ਇੱਕ ਵਾਲ ਤੇ ਫੋਰਸ ਲਗਾਉਂਦਾ ਹੈ ਲੇਕਿਨ ਉਹ ਉਸ ਵਾਲ ਨੂੰ ਪੁਸ਼ ਕਰਨ ਦੇ ਵਿੱਚ ਨਾ ਕੰਮ ਹੋ ਜਾਂਦਾ ਉਹ ਉਸ ਨੂੰ ਡਿਸਪਲੇਸ ਕਰਨ ਦੇ ਵਿੱਚ ناکਾਮ ਹੋ ਜਾਂਦਾ ਤਾਂ ਉਹਨਾਂ ਨੇ ਪੁੱਛਿਆ ਕਿ ਉਸ ਪਰਸਨ ਨੇ ਕੀ ਕੀਤਾ 네ਗੇਟਿਵ ਵਰਕ ਕੀਤਾ ਨੋ ਵਰਕ ਕੀਤਾ ਪੋਜ਼ਿਟਿਵ ਵਰਕ ਕੀਤਾ ਜਾਂ ਮੈਕਸਿਮਮ ਵਰਕ ਕੀਤਾ ਤਾਂ ਤੁਸੀਂ ਵੇਖੋਗੇ ਕਿ ਜੋ ਪੀਪੀਐਸਸੀ ਸੀਨੀਅਰ ਅਸਿਸਟੈਂਟ ਦਾ ਐਗਜ਼ਾਮ ਹੋਇਆ ਸੀ ਇਹਦੇ ਵਿੱਚ ਸਾਇੰਸ ਦੇ ਕੁਸ਼ਨ ਕਾਫੀ ਜ਼ਿਆਦਾ ਪੁੱਛੇ ਗਏ ਸੀ ਤਾਂ ਇਸ ਦਾ ਜੋ ਰਾਈਟ ਆਨਸਰ ਬਣਦਾ ਉਹ ਬਣਦਾ ਹੈ ਨੋ ਵਰਕ ਐਟ 올 ਕਿਉਂਕਿ ਉਹ ਬੰਦਾ ਉਹਨੇ ਚਾਹੇ ਕਿੰਨਾ ਮਰਜੀ ਜੋੜ ਲਗਾਇਆ ਵਾਲ ਨੂੰ ਪੁਸ਼ ਕਰਨ ਦੇ ਲਈ ਲੇਕਿਨ ਵਾਲ ਡਿਸਪਲੇਸ ਹੀ ਨਹੀਂ ਹੋਈ ਤਾਂ ਉਸ ਦਾ ਜੋ ਕੰਮ ਕੀਤਾ ਹੈ ਸਾਇੰਸ ਦੇ ਮੁਤਾਬਿਕ ਉਹਨੇ ਕਿੰਨਾ ਕੰਮ ਕੀਤਾ 0 ਠੀਕ ਹੈ ਸਾਇੰਸ ਕੀ ਕਹਿੰਦੀ ਹੈ ਕਿ ਵਰਕ ਇਸ ਇਕੁਅਲ ਟੂ ਫੋਰਸ ਇੰਟੂ ਡਿਸਪਲੇਸਮੈਂਟ ਜੇ ਆਪਾਂ ਫੋਰਸ ਲਗਾਉਣੇ ਆ ਤੇ ਉਹਦੇ ਕਰਕੇ ਡਿਸਪਲੇਸਮੈਂਟ ਹੁੰਦੀ ਹੈ ਆਪਾਂ ਫੇਰ ਹੀ ਮੰਨਾਂਗੇ ਕਿ ਕਿਸੇ ਪਰਸਨ ਨੇ ਵਰਕ ਕੀਤਾ ਹੈ ਨਹੀਂ ਤਾਂ ਆਪਾਂ ਕਹਾਂਗੇ ਉਸ ਪਰਸਨ ਨੇ ਕੋਈ ਕੰਮ ਨਹੀਂ ਕੀਤਾ ਉਹ ਵਿਹਲਾ ਪਰਸਨ ਹੈ ਨਕਮਾ ਪਰਸਨ ਹੈ ਠੀਕ ਹੈ ਤਾਂ ਵਰਕ ਹੋਣ ਦੇ ਲਈ ਡਿਸਪਲੇਸਮੈਂਟ ਦਾ ਹੋਣਾ ਜ਼ਰੂਰੀ ਹੈ ਡਿਸਪਲੇਸਮੈਂਟ ਦਾ ਕੀ ਮਤਲਬ ਆ ਡਿਸਪਲੇਸਮੈਂਟ ਦਾ ਮਤਲਬ ਆ ਚੀਜ਼ ਦਾ ਖਿਸਕਣਾ ਜ਼ਰੂਰੀ ਹੈ ਇੱਕ ਆਪਣੀ ਜਗ੍ਹਾ ਤੋਂ ਪੋਜ਼ਿਟਿਵ ਵਰਕ ਕੀ ਹੁੰਦਾ ਹੈ ਪੋਜ਼ਿਟਿਵ ਵਰਕ ਹੁੰਦਾ ਹੈ ਕਿ ਜੇ ਆਪਾਂ ਕਿਸੇ ਚੀਜ਼ ਉੱਤੇ ਫੋਰਸ ਲਗਾਈ ਤੇ ਉਹ ਚੀਜ਼ ਉਸੇ ਡਾਇਰੈਕਸ਼ਨ ਵੱਲ ਮੂਵ ਕਰ ਰਹੀ ਹੈ ਤਾਂ ਆਪਾਂ ਕਹਾਂਗੇ ਕਿ ਜੋ ਵਰਕ ਡਾਨਾ ਹੈ ਉਹ ਕੀ ਹੈ ਪੋਜ਼ਿਟਿਵ ਹੈ ਤੇ ਨੈਗੇਟਿਵ ਵਰਕ ਆਪਾਂ ਕਿਸ ਨੂੰ ਕਹਾਂਗੇ ਜੇ ਆਪਾਂ ਕਿਸੇ ਚੀਜ਼ ਉੱਤੇ ਫੋਰਸ ਲਗਾਈ ਇੱਕ ਡਾਇਰੈਕਸ਼ਨ ਵੱਲ ਨੂੰ ਤੇ ਉਹ ਜੋ ਚੀਜ਼ ਆ ਉਹ ਜੋ ਆਬਜੈਕਟ ਆ ਬਾਡੀ ਆ ਉਹ ਤੋਂ ਉਲਟੀ ਡਾਇਰੈਕਸ਼ਨ ਦੇ ਵਿੱਚ ਮੂਵ ਕਰ ਰਹੀ ਹੈ ਤਾਂ ਆਪਾਂ ਕਹਾਂਗੇ ਕਿ ਵਰਕ ਡਨ ਕੀ ਹੈ 네ਗੇਟਿਵ ਆ ਠੀਕ ਹੈ ਤਾਂ ਇਹ ਚੀਜ਼ਾਂ ਤੁਹਾਨੂੰ ਪਤਾ ਹੋਣੀਆਂ ਚਾਹੀਦੀਆਂ ਸੀ ਇਸ ਕੁਐਸਚਨ ਬਾਰੇ ਅਗਲਾ ਕੁਐਸ਼ਨ ਆਪਾਂ ਡਿਸਕਸ ਕਰਦੇ ਹਾਂ ਤਾਂ ਅਗਲਾ ਕੁਐਸ਼ਨ ਹੈ ਵੈਨ ਐਡ ਬਾਏ ਹੂਮ ਦੀ ਸਲੋਗਨ ਆਫ ਡੂ অর ਡਾਈਵਰਸ गिवन ਤਾਂ ਜੋ ਸਲੋਗਨ ਸੀਗਾ ਡੂ অর ਡਾਈ ਇਹ ਕਿਹਦੇ ਦੁਆਰਾ ਦਿੱਤਾ ਗਿਆ ਸੀਗਾ ਤਾਂ ਇਹ ਦਿੱਤਾ ਗਿਆ ਸੀਗਾ ਮਹਾਤਮਾ ਗਾਂਧੀ ਜੀ ਦੇ ਦੁਆਰਾ ਕੁਇਟ ਇੰਡੀਆ ਮੂਵਮੈਂਟ ਵੇਲੇ ਕੁਇਟ ਇੰਡੀਆ ਮੂਵਮੈਂਟ ਜਿਹੜਾ ਕਿ ਚੱਲਿਆ ਸੀਗਾ 1942 ਦੇ ਵਿੱਚ ਇਸ ਵੇਲੇ ਮਹਾਤਮਾ ਗਾਂਧੀ ਨੇ ਇਹ ਸ਼ਬਦ ਕਹੇ ਸੀਗੇ ਡੂ অর ਡਾਈ ਠੀਕ ਹੈ ਤਾਂ ਇਹ ਇਹਨਾਂ ਨੇ ਕਿਉਂ ਕਹੇ ਸੀ ਉਸ ਵੇਲੇ ਕ੍ਰਿਪਸ ਜਿਹੜਾ ਮਿਸ਼ਨ ਸੀਗਾ ਉਹ ਫੇਲ ਹੋ ਗਿਆ ਸੀ ਤਾਂ ਕ੍ਰਿਪਸ ਇੱਕ ਮਿਸ਼ਨ ਲੈ ਕੇ ਆਏ ਸੀ ਜਿਹਨੂੰ ਕ੍ਰਿਪਸ ਮਿਸ਼ਨ ਕਿਹਾ ਜਾਂਦਾ ਹੈ ਤੇ ਉਹ ਜੋ ਮਿਸ਼ਨ ਸੀ ਉਹਦੇ ਵਿੱਚ ਕਿਹਾ ਗਿਆ ਸੀਗਾ ਵੀ ਤੁਸੀਂ ਸਾਡੀ ਹੈਲਪ ਕਰੋ World War 2 ਦੇ ਵਿੱਚ ਤੇ ਅਸੀਂ ਤੁਹਾਨੂੰ ਆਜ਼ਾਦੀ ਦੇ ਦਾਂਗੇ ਪਰ ਇਸ ਨੂੰ ਮਹਾਤਮਾ ਗਾਂਧੀ ਜੀ ਨੇ ਕਿਹਾ ਪੋਸਟ ਡੇਟਡ ਚੈੱਕ ਤੇ ਉਸ ਤੋਂ ਬਾਅਦ 1942 ਦੇ ਵਿੱਚ ਚਲਾਇਆ ਕੁਇਟ ਇੰਡੀਆ ਮੂਵਮੈਂਟ ਤਾਂ ਇਹ ਕੁਐਸਚਨ ਵੀ ਪੁੱਛਿਆ ਜਾਂਦਾ ਹੈ ਕਿ ਕਿਹੜੇ ਮੂਵਮੈਂਟ ਤੋਂ ਬਾਅਦ ਕਿਹੜੇ ਮਿਸ਼ਨ ਦੇ ਫੇਲ ਹੋਣ ਤੋਂ ਬਾਅਦ ਕੁਇਟ ਇੰਡੀਆ ਮੂਵਮੈਂਟ ਚੱਲਿਆ ਤਾਂ ਉਹਦਾ ਜੋ ਰਾਈਟ ਆਨਸਰ ਬਣਦਾ ਉਹ ਬਣਦਾ ਹੈ ਕ੍ਰਿਪਸ ਮਿਸ਼ਨ ਅਗਲਾ ਕੁਸ਼ਣ ਤੁਹਾਡੇ ਸਾਹਮਣੇ ਰੱਖਦੇ ਆ ਤਾਂ ਇਸ ਦੇ ਵਿੱਚ ਮੈਂ ਕਾਫੀ ਸਾਰੇ ਚੀਜ਼ਾਂ ਕਵਰ ਕੀਤੀਆਂ ਕਾਫੀ ਸਾਰੇ ਇੰਪੋਰਟੈਂਟ ਸਲੋਗਨ ਕਵਰ ਕੀਤੇ ਜਿਵੇਂ ਕਿ ਇਹਦੇ ਵਿੱਚ ਤੁਸੀਂ ਵੇਖ ਸਕਦੇ ਹੋ ਜੈ ਜਵਾਨ ਜੈ ਕਿਸਾਨ ਲਾਲਵਾ ਦਰਸ਼ਸ਼ਤਰੀ ਨੇ ਕਿਹਾ ਸਾਈਮਨ ਗੂਬੈਕ ਲਾਲਾ ਲਾਜਪਤ ਰਾਏ ਜੀ ਨੇ ਕਿਹਾ ਤੇ ਇਦਾਂ ਹੀ ਕਾਫੀ ਸਾਰੀ ਹੈਗੀ ਐ ਦੀ ਜੋ ਪੀਡੀਐਫ ਆ ਉਹ ਵੀ ਤੁਹਾਨੂੰ WhatsApp ਗਰੁੱਪ ਤੇ ਹੀ ਮਿਲੂਗੀ ਤਾਂ WhatsApp ਗਰੁੱਪ ਨੂੰ ਜੁਆਇਨ ਕਰਨਾ ਬਹੁਤ ਜ਼ਿਆਦਾ ਇੰਪੋਰਟੈਂਟ ਆ ਠੀਕ ਆ ਤਾਂ WhatsApp ਗਰੁੱਪ ਨੂੰ ਜੁਆਇਨ ਕਰੋ ਛੇਤੀ ਛੇਤੀ ਉਸ ਤੋਂ ਬਾਅਦ ਅਗਲਾ ਕੁਐਸਚਨ ਹੈ ਵਿਚ ਆਫ ਦੀ ਫੋਲੋਇੰਗ ਪ੍ਰਿੰਸੀਪਲ ਸਟੇਟਸ ਆਫ ਆਫ ਪਾਰਟ ਆਫ ਪੈਪਸੂ ਤਾਂ ਇਹਨਾਂ ਵਿੱਚੋਂ ਕਿਹੜੀ ਪ੍ਰਿੰਸੀਪਲ ਸਟੇਟਸ ਸੀਗੀਆਂ ਜਿਹੜੀਆਂ ਕਿ ਪੈਪਸੂ ਦਾ ਪਾਰਟ ਸੀਗੀਆਂ ਆਪਸ਼ਨਾਂ ਦੇ ਵਿੱਚ ਹੈਗੇ ਨਾਲਾਗੜ੍ਹ ਕਲਸੀਆ ਜਿੰਦ ਜੁਨਾਗੜ ਤਾਂ ਇਹਨਾਂ ਵਿੱਚੋਂ ਪਹਿਲੀਆਂ ਤਿੰਨ ਤਾਂ ਪੈਪਸੂ ਦਾ 파ਟ ਸੀਗੀਆਂ ਲੇਕਿਨ ਜੋ ਜੁਨਾਗੜ ਹੈ ਪੈਪਸੂ ਦਾ 파ਟ ਨਹੀਂ ਸੀ ਤਾਂ ਇਹਦਾ ਜੋ ਰਾਈਟ ਆਨਸਰ ਬੰਦਦਾ ਉਹ ਬੰਦਦਾ ਆਪਸ਼ਨ ਸੀ ਠੀਕ ਹੈ ਉਸ ਤੋਂ ਬਾਅਦ ਅਗਲਾ ਥੋੜਾ ਜਿਹਾ ਆਪਾਂ ਪੈਪਸੂ ਬਾਰੇ ਜਾਣ ਲੈਨੇ ਆ ਤਾਂ ਪੈਪਸੂ ਜਿਹਨੂੰ ਆਪਾਂ ਕਹਿੰਨੇ ਆ ਪਟਿਆਲਾ ਐਂਡ ਈਸਟ ਪੰਜਾਬ ਸਟੇਟ ਯੂਨੀਅਨ ਇਹਦੇ 8 ਪ੍ਰਿੰਸਲੀ ਸਟੇਟ ਤੋਂ ਮਿਲ ਕੇ ਇੱਕ ਸਟੇਟ ਬਣੀ ਸੀ ਇੰਡੀਆ ਦੀ ਜਿਹਨੂੰ ਆਪਾਂ ਪੈਪਸੂ ਕਹਿੰਨੇ ਆ ਪਟਿਆਲਾ ਐਂਡ ਈਸਟ ਪੰਜਾਬ ਸਟੇਟ ਯੂਨੀਅਨ ਇਹਦੇ ਵਿੱਚ 8 ਪ੍ਰਿੰਸਲੀ ਸਟੇਟਸ ਕਿਹੜੀਆਂ ਸੀਗੀਆਂ ਇਹਦੇ ਨਾਲ ਰਿਲੇਟਡ ਕੁਐਸਚਨ ਆਉਂਦਾ ਜਿਵੇਂ ਕਿ ਤੁਸੀਂ ਵੇਖਿਆ ਕਿ ਪਿੱਛੇ ਆਇਆ ਵੀ ਹੈ ਤਾਂ ਪਟਿਆਲਾ ਜਿੰਦ ਕਪੂਰਥਲਾ ਨਾਬਾ ਫਰੀਦਕੋਟ ਕਲਸੀਆ ਮਲੇਰਕੋਟਲਾ ਨਨ ਲਾਗੜ ਇਹ ਅੱਠੋਂ ਦੇ ਅੱਠੋਂ ਤੁਸੀਂ ਯਾਦ ਰੱਖਣੇ ਇਸ ਤੋਂ ਇਲਾਵਾ ਇਹ ਵੀ ਯਾਦ ਰੱਖ ਅਤੇ ਇਹ ਵੀ ਯਾਦ ਰੱਖਣੇ ਕਿ ਇਹਦੇ ਰਾਜਪ੍ਰਮukh ਕੋਣ ਸੀ ਰਾਜਪ੍ਰਮukh ਸੀਗੇ ਯਾਦਵਿੰਦਰ ਸਿੰਘ ਠੀਕ ਹੈ ਤਾਂ ਇਹ ਸਾਰੀਆਂ ਚੀਜ਼ਾਂ ਤੁਹਾਨੂੰ ਪਤਾ ਹੋਣੀ ਚਾਹੀਦੀਆਂ ਅਗਲਾ ਕੁਸ਼ਨ ਇਹਦੀ ਇੰਪੋਰਟੈਂਟ ਰੀਵਰ ਆਫ ਦੀ ਇੰਡੀਅਨ ਸਬਕਾਂਟਿਨੈਂਟ ਹੈਵ देयर ਸੋਰਸ ਨੀਅਰ ਮਾਨਸਰੂਵਰ ਲੇਕ ਤਾਂ ਮਾਨਸਰੂਵਰ ਲੇਕ ਦੇ ਨੇੜੇ ਕਿਹੜੀ ਰੀਵਰ ਜਨੇ ਇੰਡੀਅਨ ਸਬਕਾਂਟਿਨੈਂਟ ਦੀਆਂ ਜਿਹੜੀਆਂ ਕੀ ਮਾਨਸਰੂਵਰ ਲੇਕ ਦੇ ਨੇੜੇ originate ਹੁੰਦੀਆਂ ਉੱਥੋਂ ਉਤਪਨ ਹੁੰਦੀਆਂ ਕਹਿ ਸਕਦੇ ਆ originate ਹੁੰਦੀਆਂ ਠੀਕ ਹੈ ਤਾਂ ਕਿਹੜੀਆਂ-ਕਿਹੜੀਆਂ ਰਿਵਰਜ਼ ਐ ਤਾਂ ਉਹ ਰਿਵਰਜ਼ ਹੈਗੇ ਆ ਬ੍ਰह्मਪੁੱਤਰ 인ਡਸ ਤੇ ਸਤਲੁਜ ਇਹਦਾ ਜੋ ਰਾਈਟ ਆਨਸਰ ਬਣਦਾ ਆ অপਸ਼ਨ ਸੀ ਬਣਦਾ ਤਾਂ ਮਾਨਸਰੂਵਰ ਲੇਕ ਇੱਕ ਹਾਈ ਐਲਟੀਟਿਊਡ ਲੇਕ ਐ ਫਰੈਸ਼ ਵਾਟਰ ਲੇਕ ਐ ਜਿਹਦਾ ਸੋਰਸ ਕਿ ਗਲੇਸ਼ੀਅਰ ਕੈਲਾਸ਼ ਗਲੇਸ਼ੀਅਰ ਨੇ ਠੀਕ ਐ ਮਾਊਂਟ ਕੈਲਾਸ਼ ਦੇ ਵਿੱਚ ਐ ਤਿੱਬਤ ਦੇ ਵਿੱਚ ਤਾਂ ਇਹ ਚੀਜ਼ ਇਹ ਤੁਹਾਨੂੰ ਪਤਾ ਹੋਣੀ ਚਾਹੀਦੀ ਐ ਇਸ ਤੋਂ ਇਲਾਵਾ ਇਹ ਪਤਾ ਹੋਵੇ ਕਿ ਇਹ ਜੋ ਲੇਕ ਐ ਇਹ ਤਿੰਨ ਰਿਲੀਜੀਅਨ ਲਈ ਕਾਫੀ ਇੰਪੋਰਟੈਂਟ ਲੇਕ ਹੈ ਜਿਵੇਂ ਕਿ ਬੁੱਧਿਜ਼ਮ ਹਿੰਦੂਇਜ਼ਮ ਤੇ ਜੈਨਿਜ਼ਮ ਲੋਕਾਂ ਦੇ ਲਈ ਸੈਕ੍ਰੇਡ ਰਿਵਰ ਸੈਕ੍ਰੇਡ ਲੇਕ ਕਿਹਾ ਜਾਂਦਾ ਠੀਕ ਹੈ ਇਹਨੂੰ ਤੇ ਇਸ ਤੋਂ ਇਲਾਵਾ ਇਹ ਵੀ ਚੀਜ਼ ਯਾਦ ਰੱਖਣੀ ਹੈ ਕਿ ਇੱਥੋਂ ਜਿਹੜੀਆਂ ਰਿਵਰਜ਼ ਓਰੀਜਿਨੇਟ ਹੁੰਦੀਆਂ ਉਹ ਕਿਹੜੀਆਂ ਬ੍ਰਹਮਪੁੱਤਰਾ ਇੰਡਸ ਤੇ ਸਤਲੁਜ ਇਹ ਇਹਨਾਂ ਬਾਰੇ ਤੁਹਾਨੂੰ ਇਨਫੋਰਮੇਸ਼ਨ ਪਤਾ ਹੋਣੀ ਚਾਹੀਦੀ ਹੈ ਉਸ ਤੋਂ ਅਗਲਾ ਕੁਸ਼ਨ ਹੈ ਦੀ ਗ੍ਰੇਟੈਸਟ ਵੈਰੀਟੀ ਆਫ ਐਨੀਮਲਸ ਐਂਡ ਪਲਾਂਟਸ ਸਪੀਸੀਜ਼ ਇਜ਼ ਫਾਊਂਡ ਇਨ ਤਾਂ ਜੋ ਜ਼ਿਆਦਾ ਸਪੀਸੀਜ਼ ਐ ਐਨੀਮਲਸ ਤੇ ਪਲਾਂਟਸ ਦੀਆਂ ਕਿੱਥੇ ਪਾਈਆਂ ਜਾਂਦੀਆਂ ਤੇ ਇਹ ਪਾਈਆਂ ਜਾਂਦੀਆਂ ਟ੍ਰੋਪੀਕਲ ਰੇਨ ਫੋਰੈਸਟ ਦੇ ਵਿੱਚ ਟ੍ਰੋਪੀਕਲ ਰੇਨ ਫੋਰੈਸਟ ਕੀ ਹੈ ਇਕਵੇਟਰ ਦੇ 10 ਕਿਲੋਮੀਟਰ ਦੇ ਦਾਇਰੇ ਚ 10 ਕਿਲੋਮੀਟਰ ਉੱਪਰ ਤੇ 10 ਕਿਲੋਮੀਟਰ ਨੀਚੇ ਠੀਕ ਹੈ ਇਕਵੇਟਰ ਲਾਈਨ ਤੁਹਾਨੂੰ ਪਤਾ ਹੋਊਗੀ ਕਿ ਆਪਣੇ ਜੋ ਅਰਥ ਹੈ ਅਰਥ ਤੇ ਆਪਾਂ ਇੱਕ ਇਮੇਜినਰੀ ਇਕਵੇਟਰ ਲਾਈਨ ਡਰਾ ਕੀਤੀ ਹੈ ਜਮਾ ਸੈਂਟਰ ਦੇ ਵਿੱਚੋਂ ਠੀਕ ਹੈ ਤੇ ਉਹ ਜੋ ਲਾਈਨ ਹੈ ਉਹਦੇ 10 ਕਿਲੋਮੀਟਰ ਉੱਪਰ ਤੇ 10 ਕਿਲੋਮੀਟਰ نیچے ਐਦਾਂ ਦਾ ਰੀਜਨ ਹੈ ਜਿੱਥੇ ਟ੍ਰੌਪੀਕਲ ਰੇਨ ਫੋਰੈਸਟ ਹੁੰਦੀ ਹੈ ਟ੍ਰੌਪੀਕਲ ਰੇਨ ਫੋਰੈਸਟ ਦਾ ਮਤਲਬ ਕੀ ਹੈ ਕਿ ਲਗਾਤਾਰ ਜੋ ਵਰਖਾ ਹੁੰਦੀ ਰਹਿੰਦੀ ਹੈ ਉੱਥੇ ਕਦੇ ਵੀ ਡਰਾਈ ਸੀਜ਼ਨ ਨਹੀਂ ਹੁੰਦਾ ਤਾਂ ਜਿੰਨੀਆਂ ਵੀ ਆਪਾਂ ਨੂੰ ਵੈਰਿਟੀ ਆਫ ਐਨੀਮਲਸ ਹੈ ਜਿੰਨੇ ਵੀ ਜਾਨਵਰਾਂ ਦੀਆਂ ਕਿਸਮਾਂ ਤੇ ਜੋ ਪੌਦਿਆਂ ਦੀਆਂ ਕਿਸਮਾਂ ਆਪਾਂ ਨੂੰ ਸਭ ਤੋਂ ਜ਼ਿਆਦਾ ਉਸੇ ਰੀਜਨ ਦੇ ਵਿੱਚ ਵੇਖਣ ਨੂੰ ਮਿਲਦੀਆਂ ਠੀਕ ਹੈ ਤਾਂ ਇਹ ਜੀ ਤੁਹਾਨੂੰ ਪਤਾ ਹੋਣੀ ਚਾਹੀਦੀ ਸੋ ਤੋਂ ਆ ਰਾਈਟ ਟੂ ਵੋਟ ਇੱਕ ਲੀਗਲ ਰਾਈਟ ਹੈ ਇਹ ਤੁਹਾਨੂੰ ਪਤਾ ਹੋਣਾ ਚਾਹੀਦਾ ਉਸ ਤੋਂ ਬਾਅਦ ਅਗਲਾ ਕੁਸ਼ਚਨ ਹੈ ਵਿਚ ਆਫ ਦੀ ਫੋਲੋਇੰਗ ਸਟੇਟਮੈਂਟ ਇਜ਼ ਰੋਂਗ ਤਾਂ ਥੱਲੜੀਆਂ ਸਟੇਟਮੈਂਟ ਦੇ ਵਿੱਚੋਂ ਕਿਹੜੀ ਜੋ ਸਟੇਟਮੈਂਟ ਆ ਰੋਂਗ ਹੈ ਤਾਂ ਇਹਦਾ ਜੋ ਰਾਈਟ ਆ ਆਨਸਰ ਬੰਦ ਆ ਉਹ ਨੰਬਰ 4 ਬੰਦ ਹੈ ਕਿਉਂਕਿ ਜੋ ਸਾਊਂਡ ਵੇਵ ਹੈ ਇਹ ਕੀ ਹੈ ਵੈਕਿਊਮ ਦੇ ਵਿੱਚ ਟ੍ਰੈਵਲ ਨਹੀਂ ਕਰਦੀ ਤਾਂ ਇਹਨਾਂ ਨੇ ਕਿਹਾ ਸਾਊਂਡ ਟ੍ਰੈਵਲਸ ਫਾਸਟਰ ਇਨ ਵੈਕਿਊਮ ਵੈਕਿਊਮ ਦੇ ਵਿੱਚੋਂ ਤਾਂ ਸਾਊਂਡ ਜੋ ਸਾਊਂਡ ਹੈਗੀ ਉਹ ਟ੍ਰੈਵਲ ਹੀ ਨਹੀਂ ਕਰਦੀ ਠੀਕ ਹੈ ਸਾਊਂਡ ਵੇਵਜ਼ ਟ੍ਰੈਵਲ ਹੀ ਨਹੀਂ ਕਰਦੀਆਂ ਵੈਕਿਊਮ ਦੇ ਵਿੱਚੋਂ ਤਾਂ ਫਾਸਟਰ ਤਾਂ ਕਿਵੇਂ ਮੂਵ ਕਰ ਸਕਦੀ ਠੀਕ ਹੈ ਤਾਂ ਜਿੰਨਾ ਮੀਡੀਅਮ ਡੈਂਸਰ ਹੁੰਦਾ ਹੈ ਜੋ ਸਾਊਂਡ ਵੇਵਜ਼ ਹੈ ਉਹ ਓਨੀਆਂ ਜ਼ਿਆਦਾ ਕੀ ਕਰਦੀਆਂ ਸਪੀਡ ਦੇ ਨਾਲ ਮੂਵ ਕਰਦੀਆਂ ਜਿਵੇਂ ਕਿ ਮੈਂ 에ਅਰ ਤੇ ਵਾਟਰ ਦਾ ਕੰਪੈਰੀਜ਼ਨ ਕਰਾਂ ਤਾਂ ਵਾਟਰ ਦੇ ਵਿੱਚੋਂ ਜੋ ਸਾਊਂਡ ਵੇਵਜ਼ ਹੈ ਉਹ ਜ਼ਿਆਦਾ ਤੇਜ਼ੀ ਨਾਲ ਮੂਵ ਕਰਨੀਆਂ ਕਿਉਂਕਿ ਵਾਟਰ ਜ਼ਿਆਦਾ ਡੈਂਸਰ ਹੈ 에ਅਰ ਦੇ ਮੁਕਾਬਲੇ ਠੀਕ ਹੈ ਇਸ ਤੋਂ ਇਲਾਵਾ ਸਾਊਂਡ ਤੇ ਮੈਂ ਇੱਕ ਅਲੱਗ ਪੂਰਾ ਕੋਰਸ ਕ੍ਰੀਏਟ ਕਰਨ ਵਾਲਾ ਤਾਂ ਉਹ ਜੋ ਕੋਰਸ ਆ ਤੁਹਾਨੂੰ WhatsApp ਗਰੁੱਪ ਚ ਹੀ ਮਿਲੂਗਾ ਤਾਂ WhatsApp ਗਰੁੱਪ ਤੁਸੀਂ ਜੁਆਇਨ ਕਰਨਾ ਬਹੁਤ ਇੰਪੋਰਟੈਂਟ ਆ ਤੁਹਾਡੇ ਲਈ ਕਿਉਂਕਿ ਜਿੰਨੇ ਵੀ ਕੋਰਸ ਹੋਗੇ ਤੁਹਾਨੂੰ ਸਾਰੇ ਉੱਥੇ ਹੀ ਮਿਲਣਗੇ ਠੀਕ ਹੈ ਕਾਫੀ ਜੋ ਸਟੂਡੈਂਟਸ ਆ ਉਹ ਆਲਰੇਡੀ ਉੱਥੇ ਵੇਖ ਰਹੇ ਨੇ ਵੀਡੀਓਜ਼ ਬਾਕੀ ਤਾਂ ਤੁਸੀਂ ਵੀ ਜੁਆਇਨ ਕਰਨਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਤੇ ਕਮੈਂਟਸ ਦੇ ਵਿੱਚ ਮਿਲ ਜੂਗਾ ਤਾਂ AIDS is caused by ਤਾਂ AIDS ਜੋ ਬਿਮਾਰੀ ਹੈ ਕਿਸ ਚੀਜ਼ ਦੇ ਕਰਕੇ ਹੁੰਦੀ ਹੈ ਏਡਜ਼ ਕਿਸ ਚੀਜ਼ ਤਾਂ ਇਹ ਹੁੰਦੀ ਹੈ ਰਿਡਕਸ਼ਨ ਇਨ ਨੰਬਰ ਆਫ ਹੈਲਪਰ ਟੀ ਸੈਲਸ ਤਾਂ ਹੈਲਪਰ ਜੋ ਟੀ ਸੈਲਸ ਹੈ ਟੀ ਸੈਲਸ ਕੀ ਕਰਦੇ ਹੈ ਟੀ ਸੈਲਸ ਆਪਣੇ ਇਮਿਊਨੋ ਸਿਸਟਮ ਹੈ ਜੋ ਹੈ ਇਹਨੂੰ ਠੀਕ ਕਰਦੇ ਹੈ ਇਹਨੂੰ ਵਧੀਆ ਕਰਦੇ ਆਪਾਂ ਇਦਾਂ ਕਹਿ ਸਕਦੇ ਹਾਂ ਤੇ ਐਚ ਆਈ ਵੀ ਜੋ ਵਾਇਰਸ ਹੈ ਏਡਜ਼ ਕਿਹੜੇ ਵਾਇਰਸ ਕਰਕੇ ਹੁੰਦਾ ਹੈ ਐਚ ਆਈ ਵੀ ਵਾਇਰਸ ਕਰਕੇ ਹਿਊਮਨ ਇਮਿਊਨੋ ਡੈਮਫੀਸ਼ੈਂਸੀ ਵਾਇਰਸ ਤਾਂ ਜੋ ਐਚ ਆਈ ਵੀ ਹੈ ਇਹ ਕੀ ਕਰਦਾ ਇਮਿਊਨੋ ਸਿਸਟਮ ਨੂੰ ਕੀ ਕਰਦਾ ਡੈਮੇਜ ਕਰਦਾ ਉਹਨੂੰ ਖਤਰਾ ਪਹੁੰਚਾਉਂਦਾ ਤੇ ਉਸ ਤੋਂ ਬਾਅਦ ਮੇਨ ਕੀ ਕਰਦਾ ਉਹ ਕਿ ਕੀ ਹੈਲਪਰ ਸੈਲਸ ਜੋ ਹੁੰਦੇ ਐ ਉਹਨਾਂ ਉੱਤੇ ਅਟੈਕ ਕਰਦਾ ਤੇ ਉਹਨਾਂ ਦਾ ਜੋ ਕੁਆਂਟੀਟੀ ਆ ਉਹਨੂੰ ਕੀ ਕਰ ਦਿੰਦਾ ਰਿਡਿਊਸ ਕਰ ਦਿੰਦਾ ਘਟਾ ਦਿੰਦਾ ਤਾਂ ਇਸੇ ਕਰਕੇ ਆਪਾਂ ਨੂੰ ਜੋ ਏਡਜ਼ ਐ ਉਹ ਕੀ ਹੁੰਦਾ ਆਪਣੀ ਬੋਡੀ ਦੇ ਉੱਤੇ ਫੈਲ ਜਾਂਦਾ ਇੱਕ ਤਰ੍ਹਾਂ ਦਾ ਉਹਨੂੰ ਡੈਮੇਜ ਅੰਦਰੋਂ ਡੈਮੇਜ ਕਰਨਾ ਸ਼ੁਰੂ ਕਰ ਦਿੰਦਾ ਤਾਂ ਇਹ ਸਾਰੀਆਂ ਚੀਜ਼ਾਂ ਤੁਹਾਨੂੰ ਪਤਾ ਹੋਣੀ ਚਾਹੀਦੀਆਂ ਸੀ ਤਾਂ ਦੀ ਕਲਰ ਆਫ ਕਾਉ ਮਿਲਕ ਜਿਹੜਾ ਸਲਾਈਟਲੀ ਯੈਲੋਇਸ਼ ਡਿਊ ਟੂ ਪ੍ਰੈਜ਼ੈਂਸ ਆਫ ਤਾਂ ਜੋ ਕਾਉ ਦਾ ਮਿਲਕੇ ਗਾਂ ਦਾ ਦੁੱਧ ਹੈ ਇਹ yellow color ਦਾ ਕਿਉਂ ਹੁੰਦਾ ਉਹਦੇ ਪਿੱਛੇ ਕਾਰਨ ਕੀ ਹੈ ਤਾਂ ਇਹਦੇ ਪਿੱਛੇ ਦੋ ਕਾਰਨ ਆ ਇੱਕ ਤਾਂ ਰੈਬੋਫਲੇਵਿਨ ਵਿਟਾਮਿਨ ਦੇ ਕਰਕੇ ਠੀਕ ਹੈ B7 ਕਰਕੇ B7 ਹੀ ਹੁੰਦਾ ਸ਼ਾਇਦ ਇਹ ਤਾਂ ਅਗਲਾ ਹੈਗੇ ਕੈਰੋਟਿਨ ਕਰਕੇ ਬੀਟਾ ਕੈਰੋਟਿਨ ਕਰਕੇ ਇਹਦੇ ਕਰਕੇ ਜੋ ਇਹ ਆਪਣਾ ਹੁੰਦਾ ਹੈ ਗਾਂ ਦਾ ਜੋ ਦੁੱਧ ਹੁੰਦਾ ਉਹ ਕੀ ਹੁੰਦਾ yellow color ਦਾ ਹੁੰਦਾ ਠੀਕ ਹੈ ਉਸ ਤੋਂ ਅਗਲਾ ਕੁਸ਼ਨ ਹੈ ਚੀਫ ਇਲੈਕਸ਼ਨ ਕਮਿਸ਼ਨਰ ਆਫ ਇੰਡੀਆ ਇਸ ਅਪੁਆਇੰਟਡ ਬਾਇ ਤਾਂ ਜੋ ਆਪਣਾ ਚੀਫ ਇਲੈਕਸ਼ਨ ਕਮਿਸ਼ਨਰ ਹੈ ਇੰਡੀਆ ਦਾ ਕਿੰਨਾ ਦੁਆਰਾ ਪੁਆਇੰਟ ਕੀਤਾ ਜਾਂਦਾ ਤਾਂ ਇਹ ਅਪੁਆਇੰਟ ਕੀਤਾ ਜਾਂਦਾ ਪ੍ਰੈਜ਼ੀਡੈਂਟ ਆਫ ਇੰਡੀਆ ਦੇ ਦੁਆਰਾ ਤਾਂ ਚੀਫ ਇਲੈਕਸ਼ਨ ਕਮਿਸ਼ਨਰ ਆਪਣੇ ਇੰਡੀਆ ਦੇ ਵਿੱਚ ਹੋਣਾ ਚਾਹੀਦਾ ਹੈ ਉਹ ਕਿਹੜੇ ਆਰਟੀਕਲ ਦੇ ਵਿੱਚ ਲਿਖਿਆ ਹੈ ਤਾਂ ਇਹ ਲਿਖਿਆ ਆਰਟੀਕਲ 224 ਦੇ ਵਿੱਚ ਇਹ ਵੀ ਚੀਜ਼ ਤੁਹਾਨੂੰ ਬਕਾਇਦਾ ਪਤਾ ਹੋਣੀ ਚਾਹੀਦੀ ਹੈ ਇੰਪੋਰਟੈਂਟ ਹੈ ਉਸ ਤੋਂ ਅਗਲਾ ਕੁਸ਼ਣ ਹੈ ਵਾਟ ਇਜ਼ ਦੀ ਕੰਪੋਜੀਸ਼ਨ ਆਫ ਪਾਰਲੀਮੈਂਟ ਅੰਡਰ ਆਰਟੀਕਲ 79 ਤਾਂ 79 ਦੇ ਅਕੋਰਡਿੰਗ ਆਰਟੀਕਲ 79 ਦੇ ਕੋਡਿੰਗ ਪਾਰਲੀਮੈਂਟ ਦੀ ਜੋ ਕੰਪੋਜੀਸ਼ਨ ਹੈ ਉਹ ਕੀ ਹੋਣੀ ਚਾਹੀਦੀ ਹੈ ਤਾਂ ਇਹਦੇ ਵਿੱਚ ਹੋਣੀ ਚਾਹੀਦੀ ਹੈ ਲੋਕ ਸਭਾ ਰਾਜ ਸਭਾ ਤੇ ਪ੍ਰੈਜ਼ੀਡੈਂਟ ਇਹਨਾਂ ਤਿੰਨਾਂ ਨੂੰ ਮਿਲਾ ਕੇ ਆਪਣਾ ਕੀ ਬਣਦੀ ਹੈ ਪਾਰਲੀਮੈਂਟ ਬਣਦੀ ਹੈ ਤਾਂ ਇਹਦਾ ਜੋ ਰਾਈਟ ਆਨਸਰ ਹੈ ਉਹ ਬਣਦਾ ਹੈ অপਸ਼ਨ B ਰਾਈਟ ਆਨਸਰ ਹੈ ਠੀਕ ਹੈ ਤਾਂ ਇੱਥੇ ਤੁਸੀਂ ਆਰਟੀਕਲ 79 ਬਾਰੇ ਪੜ੍ਹ ਸਕਦੇ ਹੋ ਕਿ ਆਰਟੀਕਲ 79 ਜੋ ਹੈ ਇਹ ਕੀ ਕਹਿੰਦਾ ਹੈ ਕਿ ਜੋ ਆਪਣੀ ਪਾਰਲੀਮੈਂਟ ਹੈ ਉਹ ਪ੍ਰੈਜ਼ੀਡੈਂਟ ਅਤੇ ਟੂ ਹਾਊਸਸ ਤੋਂ ਮਿਲ ਕੇ ਬਣੀ ਹੈ ਟੂ ਹਾਊਸਸ ਕਿਹੜੇ ਹੈ ਰਾਜ ਸਭਾ ਤੇ ਲੋਕ ਸਭਾ ਇਹ ਚੀਜ਼ ਤੁਹਾਨੂੰ ਪਤਾ ਹੋਣੀ ਚਾਹੀਦੀ ਹੈ ਉਸ ਤੋਂ ਬਾਅਦ ਅਗਲਾ ਕੁਐਸਚਨ ਹੈ ਕਿ ਪ੍ਰੈਜ਼ੀਡੈਂਟ ਆਫ ਇੰਡੀਆ ਇਜ਼ ਇਲੈਕਟਡ ਬਾਈ ਐਨ ਇਲੈਕਟਰਲ ਕੋਲਾਜ ਕੰਪਰਾਈਜ਼ਿੰਗ ਆਫ ਦੀ ਫੋਲੋਇੰਗ ਤਾਂ ਜੋ ਆਪਣਾ ਪ੍ਰੈਜ਼ੀਡੈਂਟ ਆਫ ਇੰਡੀਆ ਕਿਵੇਂ ਇਲੈਕਟ ਕੀਤਾ ਜਾਂਦਾ ਹੈ ਇਹਦੇ ਵਿੱਚ ਕੌਣ-ਕੌਣ ਵੋਟ ਕਰਦਾ ਹੈ ਇਹਦੇ ਇਲੈਕਸ਼ਨ ਦੇ ਵਿੱਚ ਤਾਂ VOTING ਜੋ ਹੁੰਦੀ ਹੈ ਉਹਦੇ ਵਿੱਚ ਇਲੈਕਟਡ ਮੈਂਬਰਸ ਆਫ ਬੋਥ ਹਾਊਸਸ ਆਫ ਪਾਰਲੀਮੈਂਟ ਐਂਡ ਇਲੈਕਟਡ ਮੈਂਬਰਸ ਆਫ ਵਿਧਾਨ ਸਭਾ ਕੀ ਕਰ ਸਕਦੇ ਨੇ ਵੋਟ ਕਰ ਸਕਦੇ ਨੇ ਵਿਧਾਨ ਸਭਾ ਜਿੱਥੇ ਵੀ ਕਿਤੇ ਲੈਜਿਸਲੇਟਿਵ ਅਸੈਂਬਲੀ ਹੈ ਉਹ ਸਾਰੇ ਜੋ ਇਲੈਕਟਡ ਮੈਂਬਰਸ ਨੇ ਉੱਥੋਂ ਦੇ ਉਹ ਕੀ ਕਰ ਸਕਦੇ ਵੋਟ ਕਰ ਸਕਦੇ ਇਹਦੇ ਵਿੱਚ ਦਿੱਲੀ ਐਂਡ ਪੁੱਡੂਚਰੀ ਦੇ ਵੀ ਜੋ ਇਲੈਕਟਡ ਮੈਂਬਰਸ ਆ ਉਹ ਵੀ ਕਾਊਂਟ ਹੋਣਗੇ ਕਿਉਂਕਿ ਉੱਥੇ ਵੀ ਕੀ ਹੈਗੀਆਂ ਵਿਧਾਨ ਸਭਾ ਹੈਗੀਆਂ ਲੈਜਿਸਲੇਟਿਵ ਅਸੈਂਬਲੀਆਂ ਹੈਗੀਆਂ ਉਸ ਤੋਂ ਹੂ ਇਲੈਕਟਸ ਦੀ ਵਾਈਸ ਪ੍ਰੈਜ਼ੀਡੈਂਟ ਆਫ ਇੰਡੀਆ ਤਾਂ ਵਾਈਸ ਪ੍ਰੈਜ਼ੀਡੈਂਟ ਆਫ ਇੰਡੀਆ ਕੌਣ ਇਲੈਕਟ ਕਰਦਾ ਤਾਂ ਇਹਦਾ ਜੋ ਰਾਈਟ ਆਨਸਰ ਬਣਦਾ ਆਪਸ਼ਨ ਸੀ ਬਣਦਾ ਹੈ ਦੀ ਇਲੈਕਟਡ ਮੈਂਬਰ ਆਫ ਬੋਥ ਹਾਊਸਸਸ ਆਫ ਪਾਰਲੀਮੈਂਟ ਤਾਂ ਦੋਵੇਂ ਹਾਊਸਸਸ ਦੇ ਜੋ ਇਲੈਕਟਡ ਮੈਂਬਰਸ ਨੇ ਉਹ ਕੀ ਕਰ ਸਕਦੇ ਨੇ VOTING ਕਰ ਸਕਦੇ ਨੇ ਪ੍ਰੈਜ਼ੀਡੈਂਟ ਵਾਈਸ ਪ੍ਰੈਜ਼ੀਡੈਂਟ ਦੀ ਇਲੈਕਸ਼ਨ ਦੇ ਵਿੱਚ ਤਾਂ ਇਸ ਲੈਸਨ ਦੇ ਵਿੱਚ ਇੰਨੇ ਹੀ ਕੁਐਸਚਨ ਸੀਗੇ ਬਾਕੀ ਜਿੰਨੇ ਵੀ ਤੁਹਾਨੂੰ ਲੈਸਨ ਦੇ ਵਿੱਚ ਅਗਲੇ ਆ ਲੈਸਨ ਦੇ ਵਿੱਚ ਕੁਐਸਚਨ ਮਿਲਣਗੇ ਉਹ ਸਿਰਫ ਤੇ ਸਿਰਫ WhatsApp ਗਰੁੱਪ ਚ ਮਿਲਣਗੇ ਤਾਂ WhatsApp ਗਰੁੱਪ ਨੂੰ ਜੁਆਇਨ ਕਰੋ ਉੱਥੇ ਮੈਂ ਤੁਹਾਨੂੰ ਜੋ ਵੀ ਆਪਣੇ ਨਵੇਂ ਐਗਜ਼ਾਮ ਨਾਲ ਰਿਲੇਟਡ ਇਨਫੋਰਮੇਸ਼ਨ ਆਉਂਦੀ ਰਹਿੰਦੀ ਹੈ ਕੋਈ ਲਿਸਟ ਜਾਰੀ ਹੁੰਦੀ ਹੈ ਜਾਂ ਕੁਝ ਹੋਰ ਉਹ ਸਭ ਤੁਹਾਨੂੰ ਉੱਥੇ ਹੀ ਮਿਲੂਗਾ ਤਾਂ WhatsApp ਗਰੁੱਪ ਨੂੰ ਜੁਆਇਨ ਕਰਨਾ ਬਹੁਤ ਇੰਪੋਰਟੈਂਟ ਆ ਤਾਂ ਮਿਲਦੇ ਆਪਾਂ WhatsApp ਗਰੁੱਪ ਦੇ ਵਿੱਚ ਤੇ ਅਗਲੀ ਵੀਡੀਓ ਦੇ ਵਿੱਚ ਜਿਹਦੇ ਵਿੱਚ ਆਪਾਂ ਕੁਝ ਹੋਰ ਵਧੀਆ ਟੌਪਿਕ ਤੁਹਾਡੇ ਲਈ ਲੈ ਕੇ ਆਵਾਂਗੇ ਤਾਂ YouTube ਚੈਨਲ ਤੇ ਤੁਸੀਂ ਮੇਰੇ ਸਬਸਕ੍ਰਾਈਬ ਕਰਨਾ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ